सत श्री अकाल जी सारयां नूं। आपां अज ना डब वाली खड़े हैं वाइट हाउस वालियां दे आ। तुहानूं मैं दुकान दा मूहरों बोर्ड दिखाता ते चिट्टे कुर्ते पजामियां वास्ते मेन ते मशहूर दुकान है बई डब वाली च। ते बहुत तकड़े तकड़े मान लो जिहड़े कुर्ते पजामे दे शौकीन है ते ओह इह दुकान तों कपड़ा लैके जांदे आ। ते तुहानूं 100 रुपये तों लैके 10,000 20,000 जिन्ने दा वी तुहानूं वधिया तों वधिया कपड़ा चाहीदा कुर्ता पजामा तुहानूं इत्थे मिलूगा। तो सूनू मैं गलबात भी करवाना है तो अज माण बाई भी लेके जाता इतों कुर्ता पजामा तो नाल चाचा भी आया स्पैशल असी डब वाली आए हाँ कुर्ता पजामा लैन तो गलबात कराने आप। एक तो बई इन की गरंटी बहुत ज्यादा है, दूजा रेट उही कुर्ता पजामा सूनू बठिंडे 2,000 का मिलू, इतने सूनू 1,000 वगैरह वगैरह 1,200 का। बाकी बड़े बड़े बंदे इतने लेके जाते हैं है ना, ये तो बंदे बड़ा दिखावा जहाँ नहीं करते ₹1,70,000 ਤੁਸੀਂ ਆਪ ਹਿਸਾਬ ਲਾ ਲਓ ਜੇ ਬੰਦੇ 'ਚ ਕੋਈ ਕੁਆਲਿਟੀ ਫੇਰ ਆ। 1,70,000 ਬਣ ਗਿਆ ਸੀ ਇੱਕ ਵਾਰੀ, ਬਾਕੀ 50-50 ਤਾਂ ਆਮ ਹੀ ਬਣ। ਬਾਕੀ ਬਾਈ ਉਹ ਤਾਂ ਚਲੋ ਛੱਡੋ, ਆਪਾਂ ਕੀ ਲੈਣਾ, ਮੇਨ ਗੱਲ ਕੱਪੜਾ ਬਹੁਤ ਵਧੀਆ, ਬੰਦੇ ਬਹੁਤ ਵਧੀਆ। ਡੱਬ ਵਾਲੀ ਆਪਾਂ ਗਏ ਗੋਲ ਮਾਰਕੀਟ 'ਚ, ਵਾਈਟ ਹਾਊਸ ਵਾਲੇ ਵੱਜਦੇ ਆ, ਜਿਹਨੂੰ ਮਰਜ਼ੀ ਕਹਿ ਲਓ, ਸੋਰੀ ਜਿਹਨੂੰ ਮਰਜ਼ੀ ਪੁੱਛ ਲਓ, ਕਹਿ ਕੇ ਵੀ ਵਾਈਟ ਹਾਊਸ ਵਾਲਿਆਂ ਨੇ ਜਾਣਾ ਗੋਲ ਬਾਜ਼ਾਰ 'ਚ। ਅਤੇ ਬਾਕੀ ਸਿਰਾ ਗੱਲ ਨਹੀਂ 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 ਕੁੜਤੇ ਪਜਾਮੇ ਦੇ ਨਾਲ ਨਾਲ ਵਾਈਟ ਹਾਊਸ ਨੇ ਸਾਹਮਣੇ ਪ੍ਰੈਜੈਂਸ ਕੀਤੀ ਹੈ, ਬਿਲਕੁਲ ਦੁਕਾਨ ਦੇ ਬਿਲਕੁਲ ਸਾਹਮਣੇ। ਤੁਸੀਂ ਉੱਥੇ ਇੱਕ ਫੋਟੋ ਖਿੱਚ ਕੇ ਦੇਖੋ, ਪੈਂਟ ਕੋਟ ਰੇਮਿਡਸ ਦਾ DTR ਹੈ, ਉੱਥੇ OCM ਦੀ ਏਜੰਸੀ ਹੈ, ਰੀਡ ਐਂਡ ਟੇਲਰ ਦਾ ਬਹੁਤ ਵਧੀਆ ਮਾਲ ਹੈ, ਟੋਟਲ ਬਲੇਜ਼ਰ ਦੀ ਆਈਟਮ ਹੈ, ਟੋਟਲ ਜਿੰਨੇ ਟਾਈਪ ਦੀ ਅੱਜ ਕੱਲ੍ਹ ਅਚਕਨ ਹੈ, ਜਿਹੜੀ ਫੈਂਸੀ ਤੋਂ ਫੈਂਸੀ ਅਚਕਨ ਹੈ, ਜਿਹੜੀ 1.5 ਤੋਂ 2 ਲੱਖ ਰੁਪਏ ਦੀ ਅਚਕਨ ਹੈ। ਸਾਡੇ ਕੋਲ 15,000 ਰੁਪਏ ਤੱਕ ਦੇ ਸੈੱਟ ਹੈ, ਜਿਹੜੇ ਕਿ ਆਪ ਦੇ ਵਿੱਚ ਥੰਨੇ ਫੰਨੇ ਖਾਂ ਲੋਕ 1.5-2 ਲੱਖ ਦੇ ਆਏ, ਅਤੇ ਇੱਥੇ 15 ਤੋਂ ਲੈ ਕੇ 18-18,000 ਰੁਪਏ ਦੇ ਵਿੱਚ ਅਚਕਨ ਸੈੱਟ ਪੂਰੇ ਦੇ ਪੂਰੇ ਬਣਾ ਕੇ ਦਿੱਤੇ ਆ ਲੋਕਾਂ ਨੂੰ। ਜਿਹੜੇ ਬੰਦੇ ਯਾਰ ਫੀਲਿੰਗ ਜੀ ਚੱਕਦੇ ਹੁੰਦੇ ਆ ਵੀ ਮੈਂ ਉੱਥੋਂ ਕੁੜਤਾ ਪਜਾਮਾ ਸਵਾਇਆ ਜਾਂ ਮੈਂ ਉੱਥੋਂ ਬਣਾਇਆ, ਉਹ ਇਸ ਦੁਕਾਨ ਤੋਂ ਚੱਕ ਸਕਦੇ ਆ। ਇੱਥੇ ਬਹੁਤ ਵੱਡੇ ਵੱਡੇ ਆਪਣਾ ਨਾਂ ਕਾਹਨੂੰ ਲੈਣਾ ਹੈ ਨਾ, ਵੱਡੇ ਵੱਡੇ ਬੰਦਿਆਂ ਦੇ ਕੁੜਤੇ ਪਜਾਮੇ ਇੱਥੋਂ ਬਣਦੇ ਆ। ਰੇਟ ਦਾ ਬਹੁਤ ਫਰਕ ਹੈ, ਪਤਾ ਨਹੀਂ ਤਾਂ ਡੱਬ ਵਾਲੀ ਹਰਿਆਣੇ 'ਚ ਬੈਠੇ ਆਪਾਂ, ਹਰਿਆਣੇ ਕੋਈ ਇਹੋ ਜਿਹਾ ਕੋਈ ਟੈਕਸ ਟੁਕਸ ਦਾ ਫਰਕ ਹੈ, ਪਤਾ ਨਹੀਂ ਭਰਾਵਾ ਬੰਦੇ ਕੀ ਬੁੜਾ ਹੋ ਗਿਆ ਬਾਈ, ਉਹ ਉਹਦਾ ਮੁੰਡਾ, ਉਹ ਤੁਸੀਂ ਕੱਠ ਵੱਟ ਦੇਖ ਲਓ, ਗੱਡੀ ਭਰ ਕੇ ਹੁਣ ਮਾਲ ਦੀ ਲਾਈ ਆ। ਅਤੇ ਕੁੱਲ ਮਿਲਾ ਕੇ ਅਸੀਂ ਤਾਂ ਤੁਹਾਨੂੰ 10 ਹੀ ਪਾ ਸਕਦੇ ਹਾਂ, ਕਦੇ ਡੱਬ ਵਾਲੀ ਆਵੋ ਤੁਸੀਂ ਦੇਖ ਸਕਦੇ ਹੋ ਆਪਦੀ ਉਸ 'ਤੇ ਵੀ ਭਾਈ ਯਾਰ ਆਪਾਂ ਦੇਖ ਲਈਏ ਵੀ ਕਹਿੰਦਾ ਸੀ, ਅਤੇ ਤੁਹਾਡੇ ਫਿੱਟ ਆ ਵੀ ਸਕਦੇ, ਫਿੱਟ ਨਾਲ ਹੀ ਤਾਂ ਕੋਈ ਮਤਲਬ ਹੀ ਨਹੀਂ ਵੀ ਵਰਤ ਤੁਹਾਡੀ ਚੋਇਸ ਹੁੰਦੀ, ਪਰ ਤੁਹਾਨੂੰ ਇੱਕ ਅਸੀਂ ਇੱਕ 10 ਪਾਉਂਦੇ ਹਾਂ ਵੀ ਅਸੀਂ ਇੱਥੋਂ ਲੈ ਕੇ ਜਾਂਦੇ ਇਕੱਠੇ, ਮੈਂ 10-10 ਕੁੜਤੇ ਪਜਾਮੇ ਪਾਏ, 5-7, ਠੀਕ ਹੈ। ਇਹ ਮੇਰੀ ਗੱਲ ਸੁਣੀ, ਹੁਣ ਤੱਕ ਬਾਈ ਮੈਂ ਕਿੰਨੇ ਕੁੜਤੇ ਪਜਾਮੇ ਲੈ ਗਿਆ ਤੇਰੇ ਕੋਲੇ? ਸਭ ਤੋਂ ਪਹਿਲੇ ਤੁਸੀਂ ਆਪਦੀ ਮੈਡਮ ਨਾਲ ਆਏ, ਉਸ ਦਿਨ 12 ਕੁੜਤੇ ਪਜਾਮੇ, ਉਸ ਤੋਂ ਬਾਅਦ 8 ਕੁੜਤੇ ਪਜਾਮੇ, ਫਿਰ 8 ਕੁੜਤੇ ਪਜਾਮੇ ਤੇ 6 ਅੱਜ ਚੱਲੇ। ਮਾਨਸਾਹਿਬ ਨੇ ਅੱਜ ਘੱਟੋ ਘੱਟ ਕੁੜਤਾ ਪਜਾਮਾ ਜਿਹੜਾ ਸਟਾਰਟ ਕੀਤਾ ਉਹ 1,850 ਤੋਂ ਸਟਾਰਟ ਕੀਤਾ ਹੈ, ਅਤੇ ਇਹਨਾਂ ਨੇ ਲਗਭਗ 3,000 ਰੁਪਏ ਤੱਕ ਦਾ ਕੁੜਤਾ ਪਜਾਮਾ ਲਿਆ। ਬੜੀਆ ਕੁਆਲਿਟੀ ਦਾ ਬਿਰਲਾ ਦਾ ਪ੍ਰੋਡਕਟ ਹੈ, 800 ਰੁਪਏ ਤੋਂ ਕੁੜਤਾ ਪਜਾਮਾ ਸਟਾਰਟ ਹੈ, ਹਾਂ। ਅਤੇ ਉੱਚੇ ਦੀ ਕੁਆਲਿਟੀ ਇਸ ਟਾਈਮ ਸਾਡੇ ਕੋਲ 18,000 ਰੁਪਏ ਤੱਕ ਦਾ ਕੁੜਤਾ ਪਜਾਮਾ, ਹਾਂ। ਇੱਕ ਕੁੜਤਾ ਪਜਾਮਾ ਤੁਸੀਂ ਭਾਈ ਤੁਸੀਂ ਭੀੜ ਚੈੱਕ ਕਰ ਸਕਦੇ ਹੋ, ਇਦੋਂ ਪਹਿਲਾਂ ਤਾਂ ਵਾਲੀ ਸੀ, ਹਾਂ ਇਦੋਂ ਪਹਿਲਾਂ ਵੱਧ ਸੀ ਜਾਲਾ ਸੀ, ਥੋੜਾ ਜਿਹਾ ਲੇਟ ਹੋ ਗਏ। ਬਾਕੀ ਬੰਦੇ ਵੀ ਸਾਡਾ ਤਾਂ ਇਹਨਾਂ ਨਾਲ ਪਿਆਰ ਬਣਿਆ, ਇਹਦਾ ਅਸੀਂ ਤਾਂ ਮਿਲਣ ਦੇ ਮਾਰੇ ਆ ਜਾਂਦੇ, ਜਿਹਨੂੰ ਕਹਦੇ ਬਾਈ ਭੇਜ ਦੇ ਇੱਥੇ, ਇੰਨੇ ਭੇਜ ਦਿੰਦਾ, ਭੇਜ ਦਿੰਦਾ। ਬਾਕੀ ਮੈਂ ਕਦੇ ਕੱਪੜੇ ਨੂੰ ਦੇਖੇ, ਇਹ ਮੈਨੂੰ ਐਂ ਪੁੱਛ ਲੈਣਾ ਲੈਣੇ ਕਿੰਨੇ ਆ, ਇੱਕ ਦਿਨ ਆਹ ਦੇ ਨੇ, ਮੈਂ ਕਹਿੰਦਾ ਦੇ ਦੇ ਗਰੰਟੀ, ਮੈਂ ਕਹਿੰਦਾ ਤੇਰੀ ਫਿੱਟ ਆ ਜਾਂਦੇ ਆ ਉਵੇਂ ਜਿਵੇਂ ਕਹਿ ਕੇ ਦਿੰਦੇ ਆ ਬਾਈ, ਉਹੀ ਚੀਜ਼ ਨਿਕਲਦੀ ਆ। ਐਵੇਂ ਕਰੀਏ ਇੱਕ ਵਾਰੀ ਮੈਂ ਡੱਬਲੇ ਬਣਾਉਣਾ ਜਾਂ ਦੂਰ 'ਚ ਲੱਗਦਾ ਕਿਤੋਂ ਹੋਰ ਬਣਾ ਲਏ, ਬਾਲੇ ਵਧੀਆ ਜਿਹਾ ਨਹੀਂ ਨਿਕਲੇ, ਕਿਉਂ ਸਵਾਈ ਵੀ ਆਪਾਂ ਚੰਗੀ ਦਿੰਦੇ ਹਾਂ ਮੋਟੀ ਹੈ ਨਾ, ਅਤੇ ਉਹਦਾ ਮੁੱਲ ਜਿਹਾ ਵੀ ਨਾ ਮਿਲੇ, ਫਿਰ ਨਜ਼ਾਰਾ ਜਿਹਾ ਨਹੀਂ ਆਉਂਦਾ, ਇਹਨਾਂ ਦੀ ਗਰੰਟੀ ਫੁੱਲ ਹੈ। ਅਤੇ ਧੰਨਵਾਦ ਆ, ਤੁਹਾਨੂੰ ਮੈਂ ਦਿਖਾ ਦਿੰਦਾ, ਮੰਨ ਲਓ ਕੱਪੜਾ ਇਹਨਾਂ ਕੋਲੇ
ਹਰੇਕ ਪ੍ਰਕਾਰ ਦਾ ਦੇ ਚਿੱਟਾ ਚਿੱਟਾ ਕੁੜਤਾ ਪਜਾਮਾ ਦੇ ਤੁਸੀਂ ਕੋਈ ਵੀ ਇੱਥੋਂ ਖਰੀਦ ਸਕਦੇ ਹੋ ਅਤੇ ਐਡਰੈਸ ਤੁਹਾਨੂੰ ਮੈਂ ਦੱਸਤਾ ਗੋਲ ਮਾਰਕੀਟ ਹੈ ਡੱਬ ਵਾਲੀ ਅਤੇ ਆਹ ਤੁਹਾਨੂੰ ਲੋਕੇਸ਼ਨ ਦੱਸ ਦਿੰਦਾ ਮੈਂ ਇੱਧਰ ਉਹ ਚੌਂਕ ਬਣਿਆ ਹੋਇਆ ਉਹ ਸੀਗਾ ਹਾਂ ਅਤੇ ਆਹ ਇਹਨਾਂ ਦਾ ਮੰਨ ਲੈ ਬੋਰਡ ਲੱਗਿਆ ਤੁਹਾਨੂੰ ਦਿਸੂਗਾ ਅਤੇ ਆਹ ਨੰਬਰ ਨੇ ਇਹਨਾਂ ਦੇ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਧੰਨਵਾਦ ਜੀ ਵੀਡੀਓ ਸ਼ੇਅਰ ਕਰ ਦਿਓ।